बिस्मिल्लाहिर रहमानिर रहीम अस्सलाम वालेकुम नाज़रीन और سامعین बढ़ते हैं एक वॉइस मैसेज की जानिब ये हमें फूलनगर से बहुत पुराने हमारे कॉलर हैं उनकी जानिब से देखते हैं क्या सवाल पूछ रहे हैं वो अस्सलाम वालेकुम डॉक्टर साहब मुश्ताक डोगर खान के मोड़ पे जा डॉक्टर साहब अस्सलाम वालेकुम ਇਲਾਜ ਪੁੱਛਿਆ ਸੀ ਹਾਂਜੀ ਅੱਜ ਦੇ ਕੰਨ ਵਗਦੇ ਨੇ ਰੇਸ਼ਾ ਹੁੰਦਾ ਪੀਪ ਪਈ ਤੇ ਮੱਜ ਨਾਲ ਜਿਹੜੀ ਤਕਲੀਫ ਦੇ ਨਾਲ ਕਿੱਲੇ ਨਾਲ ਸਿਰ ਮਾਰਦੀ ਹਾਂ ਕਿੱਲਾ ਨਾਲ ਕੋਲੇ ਜਾਂ ਕੰਦ ਕੁੰਦ ਨਾਲ ਜਿਹੜੀ ਸਿਰ ਮਾਰੀ ਜਾਂਦੀ ਹੁੰਦੇ ਕੰਨਾਂ 'ਚ ਤਕਲੀਫ ਤੇ ਤੁਸੀਂ ਆਖਿਆ ਸੀ ਮੱਜ ਸੌ ਲੈਂਦੇ ਹੋ ਤੇ ਫਿਰ ਹੁੰਦਾ ਪਰ ਮੈਂ ਹਾਂ ਜਾਇਰ ਇਹ ਸੌ ਮਾਰਾ ਦੇਣਾ ਵਗਾਇਆ ਤੇ ਇਸ ਰਿਹਾ ਤੁਹਾਨੂੰ ਯਾਦ ਪੁਹਾਇਆ ਡਾਟਾ ਸਾਹਿਬ ਹਾਂ ਮੈਨੂੰ ਮੈਨੇ ਤੁਸੀਂ ਇਨਸ਼ਾਅੱਲਾ ਦੱਸੋਗੇ ਅੱਗੇ ਵੀ ਤਿੰਨ ਚਾਰ ਇਲਾਜ ਕਰ ਚੁੱਕੇ ਹੀ ਆਹ ਤੇ ਬਾਰੇ ਕੋਈ ਲਾਈ ਦੱਸਿਆ ਜੀ ਮੈਂ ਇਹਨਾਂ ਰਿਸ਼ਵਾਰ ਦੱਸਣਾ ਚਾਹ। ਮਿਹਰਬਾਨੀ ਹੋਇ ਦੱਸ। ਹਾਂ ਮਿਸਤਾਕ ਡੋਗਰ ਜੀ ਮੈਨੂੰ ਯਾਦ ਏ ਕਿਉਂਕਿ ਉਹ ਸੂਣ ਵਾਲੀ ਸੀ ਨ ਬਿਲਕੁਲ ਤੇ ਮੈਂ ਉਸ ਵੇਲੇ ਨਹੀਂ ਸੀ ਚਾਹਦਾ ਕਿ ਉਹਨੂੰ ਕੋਈ ਐਂਟੀਪਾਰਟਿਕ ਲਾਇਆ ਜਾਏ ਤੇ ਹੁਣ ਸੂ ਪਈਏ ਚਲੋ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੁਬਾਰਕ ਹੋਏ ਦੂਸਰਾ ਇਹ ਕੇ ਨੂੰਨ ਕਲੋਰਮ ਫੈਨੀਕੋਲ ਕਲੋਰਮ ਫੈਨੀਕੋਲ ਦੇ ਟੀਕੇ ਲਾਓ ਪੰਜੀ ਪੰਜੀ ਸੀਸੀ ਦੇ 3 ਦਿਨ ਜੇ ਨਾ ਮਿਲੇ ਤੇ ਕਲੋਰਮ ਫੈਨੀਕੋਲ ਹੋ ਸਕਦਾ ਨਾ ਮਿਲੇ ਕਿਉਂਕਿ ਡੇਰਾ ਇਸਮਾਇਲ ਖਾਨ ਨੂੰ ਯਾਦ ਹੈ ਉਥੇ ਇੱਕ ਐਨੀਮਲ ਹਸਬੈਂਡਰੀ ਦੇ ਬੰਦੇ ਨੇ ਵੈਟ ਦੇਈ ਨੇ ਹਮੇਸ਼ਾ ਮੈਨੂੰ ਪੁੱਛ ਕੇ ਤੇ ਸਵਾਲ ਆਪਣੀ ਪ੍ਰੈਕਟਿਸ ਕਰਦੇ ਤੇ ਉਹਨਾਂ ਨੂੰ ਮੈਂ ਕਲੋਰੋਫੈਨਿਕਾਲ ਦਾ ਕਿਹਾ ਕਿ ਲਾਉ ਉਹਨੂੰ ਪੀਪੰਡੀਸੀ ਇੱਕ ਗਾਂ ਦੇ ਜਿਹੜੀ ਐ ਨਾ ਕੰਨਾਂ 'ਚ ਤੇ ਕਲੋਰੋਫੈਨਿਕਾਲ ਦਾ ਮੈਂ ਕਿਹਾ ਤੇ ਉਹ ਕਹਿੰ ਲਗੇ ਜੀ ਸਾਡੇ ਇੱਥੋਂ ਮਿਲਦੀ ਨਹੀਂ ਹੈ ਫੇਰ ਉਹਨਾਂ ਨੂੰ ਮੈਂ ਉਹਦਾ ਸਾਲਟ ਵੀ ਦੱਸਿਆ ਫੇਰ ਵੀ ਨਾ ਉਹਨਾਂ ਦੀ ਤਸੱਲੀ ਹੋਈ ਤੇ ਫੇਰ ਪੀਪੀਐਸਐਲ 25 25 ਸੀਸੀ ਦੇ 3 ਦਿਨ ਲਾਇਆ ਤੇ ਬਿਲਕੁਲ पीप खत्म हो गई भी मेरी जान पी पी एस एल ए ला दो बेशक और कलोरम फैनीकोल अगर ना मिले ठीक है जी याद रखना और बहुत बहुत मुबारक जे जून से और सारे फूल नगर न सलाम दुआव जी याद रखे जी इस प्रोग्राम का इखताम एज़ यूजल हदीस मुबारक पर करते हैं हमारे प्यारे नबी हज़रत अलैहि वसल्लम का शाद ग्रामी है बदला के तौर पर सिला रहमी करने वाला सिला रहमी का हक अदा नहीं करता बल्कि सिला रहमी का हक अदा करने वाला वो है जो उस वक्त सिला करे जब उसके साथ क़ा रहमी का मामला किया जाए ये मैं बुखारी से कोट कर रहा हूँ दुआओं में याद रखें फीम